ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਦੇ ਵਿੱਚ ਭਾਜਪਾ ਤੇ ਆਪ ਸਰਕਾਰ ਦਖਲ ਦੇ ਰਹੀ ਹੈ ਦੇਖੋ ਇਸ ਦੌਰਾਨ ਵਿਕਰਮ ਸਿੰਘ ਮਜੀਠੀਆ ਨੇ ਹੋਰ ਕੀ ਕੁਝ ਕਿਹਾ ਸਾਹਮਣੇ ਗੱਲ ਆਈ ਹੈ ਭਾਵੇਂ ਮੈਂ ਤੁਹਾਨੂੰ ਬਾਹਰ ਵੀ ਮੀਡੀਆ ਨੂੰ ਅਡਰੈਸ ਕੀਤਾ ਸੀ ਕਿ ਐਸਜੀਪੀਸੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਆਈ ਹੈ ਇੱਕ ਤਾਂ ਤੁਸੀਂ ਪਹਿਲਾ ਗਠਬੰਧਨ ਸੁਣਿਆ ਸੀ ਇੰਡੀਆ ਗਠਬੰਧਨ ਉਹਨਾਂ ਨਵਾਂ ਗਠਬੰਧਨ ਪੰਜਾਬ 'ਚ ਸ਼ੁਰੂ ਹੋਇਆ ਆਮ ਆਦਮੀ ਪਾਰਟੀ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਇਹਨੂੰ ਚੋਰ ਮੋਰੀ ਗਠਬੰਧਨ ਕਵਾਂਗੇ ਕਿ ਕਿਹੜਾ ਗਠਬੰਧਨ ਕਰਾਂਗੇ ਤੇ ਇਹ ਤਾਂ ਇਹ 9-10 ਦਿਨ ਮੈਂ ਪਹਿਲਾਂ ਤਾਂ ਧਨਵਾਦੀ ਆ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਇਹ ਗੱਲ ਸਾਡੇ ਧਿਆਨ 'ਚ ਲੈ ਕੇ ਆਏ ਆ ਕਿ ਉਹਨਾਂ ਨੂੰ ਫੋਨ ਆ ਰਹੇ ਆ ਭਾਜਪਾ ਦੀ ਲੀਡਰਸ਼ਿਪ ਦੇ ਫੋਨ ਆਏ ਕਈਆਂ ਨੂੰ ਇਹ ਗੱਲ ਪਹਿਲਾਂ ਵੀ ਜਨਤਕ ਹੋਈ ਸੀ ਰੌਲਾ ਵੀ ਪਿਆ ਸੀਗਾ ਉਹ ਕੀ ਨਾਮ ਹੈ ਮਾਈਨੋਰਟੀ ਕਮਿਸ਼ਨ ਵਾਲਿਆਂ ਦਾ ਇਕਬਾਲ ਸਿੰਘ ਇਕਬਾਲ ਸਿੰਘ ਲਾਲਪੁਰਾ ਉਹਨਾਂ ਦਾ ਨਾਮ ਸਾਹਮਣੇ ਆਇਆ ਸੀ ਹੁਣ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਅបਸਰਾ ਦੇ ਥਰੂ ਤੇ ਆਪ ਸਿੱਧੀ ਲੀਡਰਸ਼ਿਪ ਫੋਨ ਕਰ ਰਹੀ ਹੈ ਤੇ ਕਮਾਲ ਦੀ ਗੱਲ ਹੈ ਭਾਜਪਾ ਦੀ ਸਿਫਾਰਿਸ਼ ਤੇ ਆਮ ਆਦਮੀ ਪਾਰਟੀ ਦੀ ਸਿਫਾਰਿਸ਼ ਇੱਕੋ ਹੀ ਹੈ ਕਿ ਜਿਹੜੇ ਬੀਬੀ ਜਗੀਰ ਕੌਰ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਜਵਾਬ ਤਲਬੀ ਕੀਤੀ ਹੈ ਜਿੱਤੇ ਤੋਂ ਉਹਨਾਂ ਤੇ ਸੀਰੀਅਸ aarop ਨੇ ਕਿ ਵੋਟ ਤੁਸੀਂ ਬੀਬੀ ਜਗੀਰ ਕੌਰ ਨੂੰ ਪਾਉਣੀ ਹੈ ਮੈਂ ਪੁੱਛਣਾ ਚਾਹੁੰਨਾ ਸੁਧਾਰ ਲੈ ਆ ਰਿਆ ਨੂੰ ਕਿ ਕਿਹੜਾ ਸੁਧਾਰ ਕਰਤਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਤੁਸੀਂ ਇਕੱਠੀ ਕਰਾਤੀ ਇਹ ਤਾਂ ਵੱਡਾ ਹੀ ਸੁਧਾਰ ਆਇਆ ਕੋਈ ਅਰੋ ਸੁਧਾਰ ਮੈਂ ਵੇਖਿਆ ਹਰਿਆਣੇ ਦੀ ਇਲੈਕਸ਼ਨ ਚ ਵੀ ਵੇਖਣ ਨੂੰ ਮਿਲਿਆ ਕਿਉਂਕਿ ਕੇਜਰੀਵਾਲ ਸਾਹਿਬ ਦੀ ਜ਼ਮਾਨਤ ਜੇਲ੍ਹ ਸਾਹਿਬ ਦੀ ਜ਼ਮਾਨਤ ਉਹਨਾਂ ਦੇ ਮੰਤਰੀ ਸਾਹਿਬ ਦੀ ਔਰ ਗੱਠਜੋੜ ਨਾ ਹੋਣਾ ਔਰ ਸਿੱਧੇ ਹਰਿਆਣੇ ਦੀ ਇਲੈਕਸ਼ਨ ਚ ਉਹਦਾ ਸਿੱਧਾ ਫਾਇਦਾ ਭਾਜਪਾ ਨੂੰ ਪਹੁੰਚਣਾ ਭਾਜਪਾ ਦੀ ਸਰਕਾਰ ਬਣਨੀ ਫਿਰ ਉਹ ਭਾਜਪਾ ਦੇ ਮੁੱਖ ਮੰਤਰੀ ਸਾਹਿਬ ਨੈਭ ਸਿੰਘ ਸੈਣੀ ਸਾਹਿਬ ოਫੀਸ਼ੀਅਲ ਤੌਰ ਤੇ ਉਹ ਡਿਫਾਲਟਰ ਬਾਬੇ ਦਾ ਰਾਮ ਰਹੀਮ ਦਾ ਧੰਨਵਾਦ ਕਰ ਰਹੇ ਨੇ ਤੇ ਤੁਸੀਂ ਆਪ ਲਾ ਲੋ ਕਿ ਗੱਠ ਜੋੜ ਕਿੰਨੀ ਤੇਜ਼ੀ ਨਾਲ ਅੱਗੇ ਚੱਲ ਰਿਹਾ ਮੈਂ ਬੀਬੀ ਜਗੀਰ ਕੌਰ ਨੂੰ ਪੁੱਛਣਾ ਚਾਹੁੰਨਾ ਕਿ ਅੰਦਰ ਖਾਤੇ ਤੁਸੀਂ ਵੀ ਧੰਨਵਾਦ ਕੀਤਾ ਬਾਬੇ ਰਾਮ ਰਹੀਮ ਦਾ ਇਹ ਦੱਸੋ ਫਿਰ ਕਿਉਂਕਿ ਨਾਇਬ ਸਿੰਘ ਸੈਣੀ ਤਾਂ ਆਫੀਸ਼ੀਅਲੀ बार-बार ਉਹਨਾਂ ਦਾ ਧੰਨਵਾਦ ਕਰਦਾ ਹੈ ਔਰ ਕਹਿੰਦਾ ਕਿ ਬਹੁਤ ਚੰਗਾ ਕੰਮ ਕਰ ਰਹੇ ਆ ਔਰ ਪਰੋਲ ਤੁਸੀਂ ਵੇਖੋ ਜਿੱਤੇ ਐਡੇ ਸੀਰੀਅਸ ਆ ਰੋਪ ਹੋ ਨਾ ਬ੍ਰੀਫ ਆਫ ਮਰਡਰ ਉਸ ਦਾ ਧੰਨਵਾਦ ਸੀਐਮ ਕਰੇ ਸ਼ਾਇਦ ਕਿਸੇ ਦੇਸ਼ 'ਚ ਕਿਸੇ ਨੂੰ ਇੰਨੀ ਪਰੋਲ ਨਹੀਂ ਮਿਲੀ ਜਿੰਨੀ ਪਰੋਲ ਭਾਜਪਾ ਦੀ ਸਰਕਾਰ ਬਾਬੇ ਨੂੰ ਦਿੰਦੀ ਹੈ ਇੱਥੇ ਤਾਂ ਜਿਹੜੇ ਕੌਮ ਖਾਤਰ ਲੜੇ ਆ 30-30 ਸਾਲ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਕੋਈ ਕਾਨੂੰਨ ਨਹੀਂ ਰਹਿ ਗਿਆ ਉਹਨਾਂ ਨੂੰ ਤਾਂ ਪਰੋਲ ਮਿਲਦੀ ਨਹੀਂ ਤੇ ਜਿਹਨੇ ਰੇਪ ਕੀਤਾ ਹੋਵੇ ਜੀਤੇ ਅੰਗ ਕੱਟਣ ਦੇ આરોਪ ਪਤਾ ਨਹੀਂ ਕਿਹੜੇ ਕਿਹੜੇ આરોਪ ਆ ਮੈਨੂੰ ਹੁਣ ਉਹਦੇ ਸਾਰੇ ਪਰਚਿਆਂ ਦਾ ਨਹੀਂ ਪਤਾ ਮਗਰ ਮੋٹے ਮੋٹے ਜਿਹੜੇ ਮਟਰ ਤੇ ਪਰਚੇ ਨੇ ਉਹਨੂੰ ਇਹ ਭਾਜਪਾ ਦੇ ਅੱਗੇ ਨਤਮਸਤਕ ਹੋਵੇ ਔਰ ਉਹੀ ਭਾਜਪਾ ਮੁੜ ਕੇ ਜਿਹੜੀ ਬਾਬੇ ਰਾਮ ਰਹੀਮ ਦੇ ਆਸਾਨਮੰਦ ਹੈ ਮੁੜ ਕੇ ਬੀਬੀ ਜ਼ਗੀਰਕੌਰ ਦੀ ਮਦਦ ਕਰੇ ਜਾਂ ਆਮ ਆਦਮੀ ਪਾਰਟੀ ਉਹਦੇ ਨਾਲ ਰਲ ਕੇ ਖੇਡੇ ਤੇ ਅਸੀਂ ਤਾਂ ਸਵਾਲ ਭਾਈ ਕਰਾਂਗੇ ਔਰ ਇਹ ਵੀ ਤੁਹਾਡੇ ਸਾਹਮਣੇ ਤੁਹਾਡੇ ਅੱਗੇ ਲਿਆਉਣਾ ਚਾਹੁੰਦੇ ਕਿਉਂਕਿ ਬੀਬੀ ਜਗੀਰ ਕੌਰ ਤੇ ਜਿਹੜੇ ਸਵਾਲ ਉਠਾਏ ਗਏ ਆ ਸ਼ੀ ਇਸ ਨੋਟ ਅਬਵ ਰਹਿਤ ਮਰਿਆਦਾ ਦੇ ਉੱਤੋਂ ਦੀ ਤਾਂ ਉਹ ਹੈ ਹੀ ਨਹੀਂ ਜੀ ਔਰ ਜੋ ਜਿਹੇ ਜੇ ਗੰਭੀਰ ਇਲਜ਼ਾਮ ਉਠਾਏ ਗਏ ਆ ਔਰ ਜੋ ਉਹ ਕਰ ਰਿਹਾ ਕਿ ਉਹਨਾਂ ਦੀ ਮਦਦ ਲੈ ਰਿਹਾ ਜਿਹੜੇ ਬਾਬੇ ਰਾਮ ਰਹੀਮ ਦੇ ਸਿਮਪਥਾਈਜ਼ਰ ਨੇ ਜਿਹੜੇ ਬਾਬੇ ਰਾਮ ਰਹੀਮ ਦੇ ਧਨਵਾਦੀ ਨੇ ਮਦਦ ਕਰਦੇ ਸਿੱਧੇ ਤੌਰ ਤੇ ਉਸੇ ਭਾਜਪਾ ਲਈ ਇਹਨਾਂ ਨੇ ਵੋਟ ਹਰਿਆਣਾ 'ਚ ਮੰਗੇ ਉਸੇ ਭਾਜਪਾ ਲਈ ਵੋਟ ਜੰਮੂ ਕਸ਼ਮੀਰ 'ਚ ਮੰਗੇ ਉਸੇ ਉਹੀ ਭਾਜਪਾ ਅੱਜ ਇਹਨਾਂ ਦੇ ਹੱਕ 'ਚ ਫੋਨ ਕਰ ਰਹੀ ਹੈ ਤੇ ਉਸੇ ਭਾਜਪਾ ਦੇ ਹੱਕ 'ਚ ਹੁਣ ਬੈਠੇ ਆ ਇਹ ਵਿਧਾਨ ਸਭਾ 'ਚ ਮਦਦ ਕਰਨਗੇ ਉਹ ਹੈ ਜੀਪੀਸੀ ਇਲੈਕਸ਼ਨ 'ਚ ਮਦਦ ਕਰਨਗੇ ਮੈਂ ਤੁਹਾਨੂੰ ਅੱਜ ਸਪਸ਼ਟੀ ਦੱਸਦਾ ਗਿਵਨ ਟੇਕ ਕੀ ਹੋਇਆ ਕਿੰਗ ਹੋਇਆ ਕਾਂਗਰਸ ਹਾਰੀ ਕਿੰਨੇ ਵੋਟਾਂ ਨਾਲ ਜੀ ਹਰਿਆਣਾ 'ਚ ਕਿੰਨਾ ਫਰਕ ਸੀ ਮੈਨੂੰ ਲੱਗਦਾ 50000 ਵੋਟਾਂ ਤੋਂ ਘੱਟ ਦਾ ਫਰਕ ਹੈ ਜੀ ਸਾਰੀ 9000 50 22000 ਵੋਟਾਂ ਦਾ ਹੈ 22 ਸਾਡੇ ਕੁਝ ਦਾ ਫਰਕ ਆ ਇੱਕ ਉਹ 22000 ਵੋਟਾਂ ਦਾ ਹੀ ਆ ਜੀ ਲੈ ਦੇ ਕੇ ਜਿਹੜਾ ਬੰਦੇ ਤੇ ਐਡੇ ਸੀਰੀਅਸ ਆਰੋਪ ਲਾਏ ਸੀ ਪਹਿਲਾਂ ਹੁਣ ਮਿੰਟੋ ਮਿੰਟੀ ਚ ਸਾਰੀ ਬਾਹਰ ਕੱਢ ਤੇ ਤੁਸੀਂ ਕੀ ਸਮਝਦੇ ਹੋ ਪ੍ਰੋਸੀਕਿਊਸ਼ਨ ਨੇ ਮੈਂ ਤਾਂ ਕਹਿ ਰਿਹਾ ਆਪਦਾ ਕੇਸ ਸਹੀ ਤਰੀਕੇ ਨਾਲ ਨਹੀਂ ਪਲੀਟ ਕਰ ਰਹੇ ਪਰ ਇਹਦੇ ਚ ਵੀ ਉਹੀ ਕੰਮ ਹੈ ਬਾਬੇ ਵਾਲੇ ਕੇਸ ਚ ਵੀ ਭਗਵੰਤ ਮਾਨ ਉਹਦੇ ਨਾਲ ਰਲ ਕੇ ਖੇਡ ਰਿਆ ਸੀ ਜਿੰਨਾ ਚਿਰ ਰਿਲੇਕਸ਼ਨ ਹੋਈ ਐ ਚੁੱਪ ਰਿਆ ਹੁਣ ਅੱਜ ਡਰਾਮਾ ਕਰਤਾ ਹੁਣ ਵੀ ਮੈਂ ਡਰਾਮਾ ਹੀ ਕਹਿ ਰਿਆ ਇਹਨੂੰ ਕਿਉਂਕਿ ਇਸ ਕੇਸ ਨੂੰ ਕੁਝ ਨਹੀਂ ਹੋਣਾ ਕਿਉਂਕਿ ਇਹ ਗੱਠ ਜੋੜ ਹੀ ਐਡਾ ਖਤਰਨਾਕ ਐ ਬਾਬੇ ਨਾਲ ਕੀ ਇਹਨੂੰ ਬਾਬੇ ਨੂੰ ਕੁਝ ਕਰ ਹੀ ਨਹੀਂ ਸਕਦੇ ਤੁਸੀਂ ਦੱਸੋ ਕਿਹੜੇ ਬਾਬੇ ਵਰਗੇ ਜੀਤੇਲ ਰੋਪ ਹੋਣ ਕਿਸੇ ਨੂੰ ਤੁਸੀਂ ਵੇਖਿਆ ਪਰੋਲ ਮਿਲਦੀ ਇਹਨੂੰ ਉਹਨੇ ਤਾਂ ਰਿਕਾਰਡ ਹੀ ਤੋੜਤਾ ਉਹ ਬਾਹਰ ਵੱਧਦਾ ਅੰਦਰ ਘਟ ਜਾਂਦਾ ਮਤਲਬ ਤਾਂ ਜਿਹੜਾ ਛਟੀਆਂ ਕਾਨੂੰਨ ਦੀਆਂ ਉਹਨਾਂ ਨੇ ਰੇਪ ਕਰੋ ਜੋ ਮਰਜੀ ਕਰੋ ਮਗਰ ਐਸ ਲੌਂਗ ਐਸ ਭਗਵੰਤ ਮਾਨ ਤੇ ਭਾਜ ਪਾ ਤੁਹਾਡੇ ਨਾਲ ਆ ਤੁਹਾਨੂੰ ਸਭ ਮਾਫ ਔਰ ਬੀਬੀ ਜ਼ਗੀਰ ਕੌਰ ਵਰਗਿਆਂ ਦਾ ਅਸ਼ੀਰਵਾਦ ਨਾਲ